सब्सक्राइब करो चढ़दिकला टाइम टीवी नू ते लेटेस्ट अपडेट पाउन लई प्रेस करो बेल आइकन। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼, ਮੈਂ ਤੁਹਾਡੇ ਨਾਲ ਰਮਨ ਬਾਜਵਾ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਹੈਡਲਾਈਨਸ ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਟਲ ਬਿਹਾਰੀ ਵਾਜਪੇਈ ਦੇ 95 ਜਨਮ ਦਿਵਸ ਮੌਕੇ ਅਟਲ ਗਰਾਊਂਡ ਵਾਟਰ ਸਕੀਮ ਦੀ ਕੀਤੀ ਸ਼ੁਰੂਆਤ। ਸਕੀਮ ਜ਼ਰੀਏ ਹੇਠਲੇ ਪਾਣੀ ਦਾ ਪ੍ਰਬੰਧਨ ਕੀਤਾ ਜਾਏਗਾ। ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ ਪੰਜਾਬ ਵਿੱਚ ਡਰੋਨ ਹਮਲਿਆਂ ਦੀ ਆਸ਼ੰਕਾ। ਪੰਜਾਬ ਦੇ ਪੁਲਿਸ ਮੁਖੀ ਨੇ ਇਸ ਬਾਰੇ ਅਫਸਰਾਂ ਨੂੰ ਬਕਾਇਦਾ ਲਿਖਤੀ ਹੁਕਮ ਭੇਜੇ। ਵਧਾਈ ਗਈ ਚੌਕਸੀ। ਪੰਜਾਬ ਦੇ ਵਿਧਾਇਕਾਂ ਨੂੰ ਮੁੱਖ ਮੰਤਰੀ ਦੇ ਸਲਾਹਕਾਰ ਬਣਾਉਣ ਦਾ ਮਾਮਲਾ। ਸਲਾਹਕਾਰਾਂ ਦੀ ਨਿਯੁਕਤੀ ਸੰਬੰਧੀ ਸੋਧ ਬਿੱਲ ਪੰਜਾਬ ਦੇ ਰਾਜਪਾਲ ਨੇ ਵਾਪਸ ਭੇਜਿਆ। ਰਾਜਪਾਲ ਨੇ ਬਕਾਇਦਾ ਪੰਜਾਬ ਸਰਕਾਰ ਤੋਂ ਪੁੱਛੇ 13 ਸਵਾਲ। ਤੇ ਹੁਣ ਖਬਰਾਂ ਦਾ ਵਿਸਥਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਟਲ ਬਿਹਾਰੀ ਵਾਜਪੇਈ ਦੇ 95 ਜਨਮ ਦਿਵਸ ਤੇ ਅਟਲ ਗਰਾਊਂਡ ਵਾਟਰ ਸਕੀਮ ਦੀ ਸ਼ੁਰੂਆਤ ਕੀਤੀ। ਇਸ ਦੇ ਜ਼ਰੀਏ ਧਰਤੀ ਹੇਠਲੇ ਪਾਣੀ ਦਾ ਪ੍ਰਬੰਧਨ ਕੀਤਾ ਜਾਏਗਾ ਅਤੇ ਹਰੇਕ ਘਰ ਨੂੰ ਪੀਣ ਵਾਲੇ ਸਾਫ਼ ਪਾਣੀ ਮੁਹੱਈਆ ਕਰਨ ਦੀ ਯੋਜਨਾ ਤੇ ਕੰਮ ਕੀਤਾ ਜਾਏਗਾ। ਮੰਗਲਵਾਰ ਨੂੰ ਹੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਮੰਤਰੀ ਮੰਡਲ ਦੀ ਬੈਠਕ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਗਈ। ਅਟਲ ਗਰਾਊਂਡ ਵਾਟਰ ਸਕੀਮ ਨੂੰ ਵਿਸ਼ਵ ਬੈਂਕ ਨੇ 12 ਦਸੰਬਰ ਨੂੰ ਹੀ ਮਨਜ਼ੂਰੀ ਦੇ ਦਿੱਤੀ ਹੈ। 6,000 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਵਿੱਚ ਭਾਰਤ ਸਰਕਾਰ ਦੀ 50% ਹਿੱਸੇਦਾਰੀ ਹੋਏਗੀ, ਜਦੋਂ ਕਿ ਇਸਦਾ ਅੱਧਾ ਹਿੱਸਾ ਵਿਸ਼ਵ ਬੈਂਕ ਖਰਚੇਗਾ। ਇਹ ਯੋਜਨਾ ਪਾਣੀ ਦੇ ਸੰਕਟ ਨਾਲ ਪ੍ਰਭਾਵਿਤ ਉੱਤਰ ਪ੍ਰਦੇਸ਼, ਗੁਜਰਾਤ, ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਮਹਾਰਾਸ਼ਟਰ ਵਿੱਚ ਲਾਗੂ ਕੀਤੀ ਜਾਏਗੀ। ਇਹਨਾਂ ਰਾਜਾਂ ਦੀ ਚੋਣ ਧਰਤੀ ਹੇਠਲੇ ਪਾਣੀ, ਪ੍ਰਦੂਸ਼ਣ ਅਤੇ ਹੋਰ ਮਾਪਦੰਡਾਂ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ 95 ਜਨਮ ਦਿਵਸ ਮੌਕੇ ਅੱਜ ਕੇਂਦਰ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਰੋਹਤਾਂਗ ਦਰੇ ਹੇਠਾਂ ਬਣਾਈ ਜਾ ਰਹੀ ਰਣਨੀਤਿਕ ਤੌਰ 'ਤੇ ਅਹਿਮ ਸੁਰੰਗ ਦਾ ਨਾਂ ਅਟਲ ਬਿਹਾਰੀ ਵਾਜਪੇਈ ਦੇ ਨਾਮ 'ਤੇ ਰੱਖਿਆ ਗਿਆ। ਇਸ ਸੰਬੰਧੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਲਾਨ ਕੀਤਾ। ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ ਪੰਜਾਬ ਵਿੱਚ ਡਰੋਨ ਹਮਲੇ ਹੋ ਸਕਦੇ ਨੇ। ਇਹਨਾਂ ਰਾਹੀਂ ਸਿਆਸਤਦਾਨ ਵੱਲੋਂ ਕੀਤੀ ਜਾਣ ਵਾਲੀਆਂ ਰੈਲੀਆਂ, ਉਹਨਾਂ ਦੇ ਘਰ, ਪੰਜਾਬ ਵਿਧਾਨ ਸਭਾ ਦੀ ਅਸੈਂਬਲੀ, ਹਾਈਕੋਰਟ, ਰੇਲਵੇ ਸਟੇਸ਼ਨ, ਏਅਰਪੋਰਟ ਤੇ VVIP ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਪੰਜਾਬ ਦੇ ਪੁਲਿਸ ਮੁਖੀ ਨੇ ਇਸ ਬਾਰੇ ਅਫਸਰਾਂ ਨੂੰ ਬਕਾਇਦਾ ਲਿਖਤੀ ਹੁਕਮ ਭੇਜ ਦਿੱਤੇ ਨੇ। ਪੁਲਿਸ ਦੇ ਇਸ ਲੈਟਰ ਮੁਤਾਬਿਕ ਅੱਤਵਾਦੀਆਂ ਦੇ ਇਹ ਸਭ ਨਿਸ਼ਾਨੇ ਹੋ ਸਕਦੇ ਨੇ। ਦਰਅਸਲ ਪੰਜਾਬ ਸਰਕਾਰ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੇ ਡਰੋਨ ਹਮਲਿਆਂ ਤੋਂ ਬਚਣ ਲਈ ਹਦਾਇਤਾਂ ਜਾਰੀ ਕੀਤੀਆਂ ਨੇ। ਪੰਜਾਬ ਪੁਲਿਸ ਦੇ DGP ਵੱਲੋਂ ਪੰਜਾਬ ਦੇ ਸਾਰੇ SSP ਤੇ ਕਮਿਸ਼ਨਰਾਂ ਆਫ ਪੁਲਿਸ ਨੂੰ ਡਰੋਨ ਨਾਲ ਨਜਿੱਠਣ ਲਿਖਿਆ ਗਿਆ। ਸਰਹੱਦੀ ਇਲਾਕੇ ਵਿੱਚ ਡਰੋਨ ਰਾਹੀਂ ਹਥਿਆਰਾਂ ਦੀ ਸਪਲਾਈ ਦੇ ਖੁਲਾਸੇ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਹੈ। ਸਲਾਹਕਾਰਾਂ ਦੀ ਨਿਯੁਕਤੀ ਸੰਬੰਧੀ ਸੋਧ ਬਿੱਲ ਪੰਜਾਬ ਦੇ ਰਾਜਪਾਲ ਨੇ ਵਾਪਸ ਭੇਜ ਦਿੱਤਾ ਹੈ। ਇਸ ਸੰਬੰਧੀ ਰਾਜਪਾਲ ਨੇ ਬਕਾਇਦਾ ਪੰਜਾਬ ਸਰਕਾਰ ਤੋਂ 13 ਸਵਾਲ ਪੁੱਛੇ ਨੇ। ਰਾਜਪਾਲ ਨੇ ਸਲਾਹਕਾਰਾਂ ਦੀਆਂ ਜ਼ਿੰਮੇਵਾਰੀਆਂ ਦੀ ਜਾਣਕਾਰੀ ਮੰਗੀ ਹੈ। ਇੱਥੇ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਪੰਜਾਬ ਰਾਜ ਰੈਜੀਲੇਸ਼ਨ ਪ੍ਰੀਵੈਂਸ਼ਨ ਆਫ ਡਿਸਕੁਆਲੀਫਿਕੇਸ਼ਨ ਸੋਧ ਬਿੱਲ 2019 ਰਾਜਪਾਲ ਨੂੰ ਪ੍ਰਵਾਨਗੀ ਲਈ ਭੇਜਿਆ ਸੀ। ਉਧਰ ਕੈਪਟਨ ਸਰਕਾਰ ਨੇ ਇਸ ਨੂੰ ਖਾਰਜ ਕੀਤਾ ਹੈ। ਕੈਬਨਿਟ ਮੰਤਰੀ ਬਲਬੀਰ ਸਿੱਧੂ ਦਾ ਕਹਿਣਾ ਹੈ ਕਿ ਵਿਧਾਇਕਾਂ ਦੀਆਂ ਨਿਯੁਕਤੀਆਂ ਸੰਬੰਧੀ ਬਿੱਲ ਰਾਜਪਾਲ ਕੋਲ ਭੇਜ ਦਿੱਤਾ ਗਿਆ, ਜਿਸ ਵਿੱਚ ਜੇਕਰ ਕੁਝ ਖਾਮੀਆਂ ਪਾਈਆਂ ਜਾਂਦੀਆਂ ਨੇ ਤਾਂ ਸਰਕਾਰ ਦੁਬਾਰਾ ਉਹਨਾਂ ਨੂੰ ਠੀਕ ਕਰਕੇ ਭੇਜੇਗੀ। ਉਹਨਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਕੈਪਟਨ ਸਾਹਿਬ ਦਾ ਹੈ। ਸਰਕਾਰ ਨੂੰ ਸਲਾਹਕਾਰਾਂ ਦੀ ਲੋੜ ਹੁੰਦੀ ਹੈ, ਉਹਨਾਂ ਦੀਆਂ ਨਿਯੁਕਤੀਆਂ ਮੁਤਾਬਿਕ ਹੀ ਤਨਖਾਹ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਕਈ ਵਾਰੀ ਬਹੁਤ ਸਾਰੇ ਜਿਹੜੇ ਬਿੱਲ ਨੇ ਜਾਂ ਰੈਜੂਲੇਸ਼ਨ ਪਾਸ ਹੋ ਕੇ ਜਦੋਂ ਗਵਰਨਰ ਸਾਹਿਬ ਕੋਲ ਜਾਂਦੇ ਨੇ, ਉਹਨਾਂ ਦੇ ਕਈ ਓਬਜੈਕਸ਼ਨ ਹੁੰਦੇ ਨੇ, ਕੁਐਰੀਆਂ ਹੁੰਦੀਆਂ ਨੇ, ਉਹ ਲਾ ਕੇ ਆਮ ਤੌਰ 'ਤੇ ਵਾਪਸ ਆ ਜਾਂਦੇ ਨੇ। ਸਰਕਾਰ ਉਹਨੂੰ ਰਿਮੂਵ ਕਰ ਦੇਗੀ, ਰਿਮੂਵ ਕਰਕੇ ਦੁਬਾਰਾ ਫਿਰ ਭੇਜ ਦੇਗੀ, ਕੋਈ ਇਸ ਗੱਲ ਨਹੀਂ ਹੈ। ਦੇਖੋ ਇਹ ਤਾਂ ਬਕਾਇਦਾ ਇਹ ਜਿਹੜਾ ਪ੍ਰੈਰੋਗੇਟਿਵ ਹੈ ਇਹ CM ਸਾਹਿਬ ਦਾ ਹੈਗਾ, ਉਹਦੇ 'ਚ ਮੇਰਾ ਜਾਂ ਤੁਹਾਡਾ ਕਿਸੇ ਦਾ ਕੋਈ ਰੋਲ ਨਹੀਂ ਹੁੰਦਾ। ਪਲੱਸ ਸਰਕਾਰ ਨੂੰ ਨੈਸੈਸਿਟੀ ਹੁੰਦੀ, ਸਰਕਾਰ ਨੂੰ ਜ਼ਰੂਰਤ ਹੁੰਦੀ ਹੈ ਐਡਵਾਈਜ਼ਰਾਂ ਦੀ ਵੀ। ਜਿਹੜੇ ਅੱਛੇ MLA ਨੇ ਉਹਨਾਂ ਨੂੰ ਸਾਨੂੰ ਫੀਲਡ 'ਚੋਂ ਫੀਡਬੈਕ CM ਸਾਹਿਬ ਨੂੰ ਮਿਲਦੀ ਆ, ਉਹਦੇ ਬਿਹਾਵ ਤੋਂ CM ਸਾਹਿਬ ਅੱਗੇ ਫੈਸਲੇ ਲੈਂਦੇ ਨੇ। ਉਧਰ ਸ਼੍ਰੋਮਣੀ ਅਕਾਲੀ ਦਲ ਨੇ ਸਲਾਹਕਾਰਾਂ ਦੀ ਨਿਯੁਕਤੀ ਨੂੰ ਪੰਜਾਬ ਦੀ ਜਨਤਾ 'ਤੇ ਵਾਧੂ ਬੋਝ ਕਰਾ ਦਿੱਤਾ ਹੈ। ਉਹਨਾਂ ਮੁਤਾਬਿਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਆਪਣੀ ਸਰਕਾਰ ਬਜਾਉਣ ਲਈ ਵਿਧਾਇਕਾਂ ਤੇ ਮੰਤਰੀਆਂ ਨੂੰ ਖੁਸ਼ ਕਰਨਾ ਚਾਹੁੰਦੇ ਨੇ। ਦੇਖੋ ਇੱਕ ਗੱਲ ਹੈ ਕਿ ਜੋ ਕਾਨੂੰਨ ਕਹਿੰਦਾ, ਜਿਵੇਂ CPS ਪਹਿਲਾਂ ਸਾਡੀ ਸਰਕਾਰ ਵੇਲੇ ਰੱਖੇ ਸੀ ਤੇ ਉਹ ਕਾਨੂੰਨ ਦੇ ਮੁਤਾਬਿਕ ਅਯੋਗ ਠਹਿਰਾ ਦਿੱਤੇ ਗਏ ਸੀ,
ਤਾਂ ਉਹ ਕਾਨੂੰਨ ਅੱਜ ਵੀ ਉਹੀ ਸਟੈਂਡ ਕਰਦਾ। ਅੱਜ ਮੁੱਖ ਮੰਤਰੀ ਸਾਹਿਬ ਨੇ ਆਪਦੀ ਸਰਕਾਰ ਬਚਾਉਣ ਲਈ 6-7 MLA ਸਾਹਿਬਾਨਾਂ ਨੂੰ ਕਿਸੇ ਨੂੰ ਕੈਬਨਿਟ ਰੈਂਕ, ਕਿਸੇ ਨੂੰ ਰਾਜ ਮੰਤਰੀ ਦਾ ਰੈਂਕ ਦੇ ਕੇ ਇੱਕ ਪਿਛਲੀ ਚੋਰ ਮੋਰੀ ਥਾਣੀ ਇਹ ਜਿਹੜੀਆਂ ਸਹੂਲਤਾਂ ਦੇਣ ਦੇ ਲਈ ਆਊਟ ਆਫ ਦੀ ਵੇ ਜਾ ਕੇ ਫੈਸਿਲੀਟੇਟ ਕਰਨ ਦੇ ਲਈ ਇਹ ਜਿਹੜੇ ਸਲਾਹਕਾਰ ਰੱਖੇ ਸੀ। ਔਰ ਮੈਂ ਸਮਝਦਾ ਇਹ ਪੰਜਾਬ ਦੀ ਜਨਤਾ ਦੇ ਉੱਤੇ ਬੇਤੁਕਾ ਬੋਝ ਹੈ। ਇਕੱਲਾ ਇਹੀ ਨਹੀਂ, ਪੰਜਾਬ ਦੇ ਮੁੱਖ ਮੰਤਰੀ ਦੇ 26 ਸਲਾਹਕਾਰ ਨੇ ਤੇ 26 ਸਲਾਹਕਾਰਾਂ ਦਾ ਤੁਸੀਂ ਅੰਦਾਜ਼ਾ ਲਾਓ ਕਿ ਕਿੰਨਾ ਕਿੰਨਾ ਵੱਡਾ ਖਰਚਾ। ਜਿਵੇਂ ਪਹਿਲਾਂ ਵੀ ਅਖਬਾਰਾਂ 'ਚ ਚੈਨਲਾਂ ਦੇ ਵਿੱਚ ਇਸ ਗੱਲ ਦੇ ਚਰਚੇ ਉੱਠਦੇ ਰਹੇ ਆ, ਇੱਕ ਪਾਸੇ ਖਜ਼ਾਨਾ ਖਾਲੀ ਦੇ ਢੰਡੋਰਾ ਪਿੱਟ ਰਹੇ ਆ, ਇੱਕ ਪਾਸੇ ਇਹ ਬੇਫਾਲਤੂ ਦਾ ਖਰਚਾ ਕੀਤਾ ਜਾ ਰਿਹਾ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਪੱਤਰਕਾਰ ਨਾਲ ਕੀਤੀ ਬਦਸਲੂਕੀ ਤੋਂ ਬਾਅਦ ਉਹਨਾਂ ਖਿਲਾਫ਼ ਮੁਜ਼ਾਹਰੇ ਹੋਣ ਲੱਗੇ ਨੇ। ਪੱਤਰਕਾਰ ਭਾਈਚਾਰੇ ਨੇ ਇਕੱਤਰ ਹੋ ਕੇ ਮਾਨ ਤੋਂ ਮੰਗ ਕੀਤੀ ਹੈ ਕਿ ਆਪਣੇ ਆਖੇ ਲਈ ਉਹ ਮਾਫ਼ੀ ਮੰਗਣ। ਪੂਰੇ ਪੰਜਾਬ ਦੇ ਪੱਤਰਕਾਰ ਇਕੱਠੇ ਹੋ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਖਿਲਾਫ਼ ਸੰਘਰਸ਼ ਵੀ ਵਿੱਢਣਗੇ, ਜੋ ਵੀ ਹੋ ਸਕਦਾ ਉਹ ਪੱਤਰਕਾਰ ਕਰਨਗੇ। ਤੁਸੀਂ ਮਾੜੀ ਮਾਰਕਾ ਪੀ ਆਓ ਨਾ, ਫਿਰ ਕੰਮ ਨਹੀਂ ਠੀਕ। ਪੁੱਛਿਆ ਕਿ ਇਹ ਕੀ ਮਤਲਬ ਹੋਇਆ, ਤੁਸੀਂ ਪੱਤਰਕਾਰ ਦੇ ਹੱਥ ਉੱਤੇ ਕਿਉਂ ਹੱਥ ਮਾਰ ਰਹੇ ਹੋ? ਫਿਰ ਜਿਵੇਂ ਇੱਕ ਸਕੂਲ ਕਾਲਜ ਦੇ ਮੁੰਡੇ ਹੁੰਦੇ ਨੇ ਲੜਾਈ ਕਰਦੇ ਹੁੰਦੇ, ਹਾਂ ਦੱਸ ਤੈਨੂੰ ਕੀ ਚਾਹੀਦਾ ਕੀ, ਹਾਂ ਐਵੇਂ ਖੜੇ ਹੋ ਕੇ ਉਹ ਮੇਰੇ ਉੱਤੇ ਹਮਲਾ ਕਰਨ ਵਾਲੇ ਪਾਸੇ ਨੂੰ ਆਏ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਪੱਤਰਕਾਰ ਨਾਲ ਤੂੰ ਤੂੰ ਮੈਂ ਮੈਂ ਕਰਨ ਦਾ ਮਾਮਲਾ ਹੋਰ ਗਰਮਾ ਗਿਆ। ਬਠਿੰਡਾ 'ਚ ਪੱਤਰਕਾਰ ਨੇ ਸੰਸਦ ਮੈਂਬਰ ਭਗਵੰਤ ਮਾਨ ਦੇ ਵਿਰੋਧ 'ਚ ਕਾਲੀਆਂ ਪੱਟੀਆਂ ਬੰਨ੍ਹ ਕੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ। ਪੱਤਰਕਾਰ ਨੇ ਕਿਹਾ ਕਿ ਪੱਤਰਕਾਰੀ ਨੂੰ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਗਿਆ, ਲਿਹਾਜ਼ਾ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਪੱਤਰਕਾਰ ਨਾਲ ਕੀਤੀ ਬਦਤਮੀਜ਼ੀ ਕਿਸੇ ਤਰ੍ਹਾਂ ਨਾਲ ਜਾਇਜ਼ ਨਹੀਂ ਹੈ। ਉਹਨੇ ਕਿਹਾ ਕਿ ਜਦ ਤੱਕ ਮਾਨ ਮੁਆਫ਼ੀ ਨਹੀਂ ਮੰਗਦਾ ਤਦ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਪੱਤਰਕਾਰਾਂ ਦਾ ਹੱਕ ਹੈ ਇਹ ਸਵਾਲ ਕਰਨਾ ਕਿਸੇ ਨੇਤਾ ਨੂੰ ਜਾਂ ਕਿਸੇ ਹੋਰ ਨੂੰ, ਨੇਤਾ ਚਾਹੇ ਉਹ ਜਵਾਬ ਦੇਵੇ ਜਾਂ ਨਾ ਦੇਵੇ ਉਹ ਉਹਦੀ ਸੋਚ ਹੈਗੀ ਹੈ, ਪਰ ਕੋਈ ਵੀ ਨੇਤਾ ਜਾਂ ਕੋਈ ਵੀ ਬੰਦਾ ਪੱਤਰਕਾਰਾਂ ਨੂੰ ਗਲਤ ਨਹੀਂ ਬੋਲ ਸਕਦਾ। ਪਰ ਜਿਹੜਾ ਭਗਵੰਤ ਮਾਨ ਹੈ ਉਸਨੂੰ ਜਿਹੜਾ ਹੈਗਾ ਮਾਰਨ ਵਾਸਤੇ ਵੀ ਇਹ ਭੱਜਿਆ ਹੈਗਾ ਅਤੇ ਸ਼ਬਦਾਵਲੀ ਵੀ ਗਲਤ ਬੋਲੀ ਹੈਗੀ, ਤਾਂ ਇਸ ਗੱਲ ਦੀ ਅਸੀਂ ਬਠਿੰਡਾ ਪ੍ਰੈਸ ਕਲੱਬ ਵੱਲੋਂ ਸਖ਼ਤ ਜਿਹੜੀ ਨਿੰਦਾ ਕਰਦੇ ਹੈਗੇ। ਅੱਜ ਅਸੀਂ ਕਾਲੀਆਂ ਪੱਟੀਆਂ ਬੰਨ੍ਹ ਕੇ ਸਾਰੇ ਇਹ ਪੱਤਰਕਾਰਾਂ ਨੇ ਵਿਰੋਧ ਵੀ ਇਹ ਜਤਾਇਆ ਹੈਗਾ ਅਤੇ ਇੱਕ ਮੰਗ ਪੱਤਰ ਅਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਸੰਯੋਜਕ ਨੇ ਉਹਨਾਂ ਨੂੰ ਅਸੀਂ ਇਹ ਦਿੱਲੀ ਭੇਜਿਆ ਹੈਗਾ ਕਿ ਭਗਵੰਤ ਮਾਨ ਮਾਫ਼ੀ ਮੰਗੇ ਤੁਰੰਤ ਪੱਤਰਕਾਰਾਂ ਤੋਂ, ਨਹੀਂ ਤਾਂ ਪੂਰੇ ਪੰਜਾਬ ਦੇ ਪੱਤਰਕਾਰ ਇਕੱਠੇ ਹੋ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਖਿਲਾਫ਼ ਸੰਘਰਸ਼ ਵੀ ਵਿੱਢਣਗੇ। ਉੱਧਰ ਇਸ ਮਾਮਲੇ ਉੱਤੇ ਸਿਆਸੀ ਟੀਕਾ ਟਿੱਪਣੀ ਦਾ ਦੌਰ ਵੀ ਸ਼ੁਰੂ ਹੋ ਚੁੱਕਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਭਗਵੰਤ ਮਾਨ ਦੇ ਰਵੱਈਏ ਦੀ ਆਲੋਚਨਾ ਕੀਤੀ ਹੈ। ਉਹਨਾਂ ਕਿਹਾ ਕਿ ਮਾਨ ਨੂੰ ਅਜਿਹਾ ਕਰਨਾ ਸ਼ੋਭਦਾ ਨਹੀਂ। ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਛੋਟੀ ਕਾਂਗਰਸ ਬਣ ਚੁੱਕੀ ਹੈ। ਮੈਂ ਇਸ ਨੂੰ ਜਿੱਥੇ ਬੜੀ ਸਟਰੋਂਗਲੀ ਕੰਡੈਮ ਕਰਦਾ MP ਦਾ ਬਿਹੇਵੀਅਰ ਭਗਵੰਤ ਮਾਨ ਦਾ, ਉੱਥੇ ਸਾਰੀ ਲੈਜਿਸਲੇਚਰ ਪਾਰਟੀ ਆਮ ਆਦਮੀ ਪਾਰਟੀ ਦੀ ਉੱਥੇ ਮੌਜੂਦ ਸੀ, ਔਰ ਮੈਂ ਉਸ ਗੱਲ ਨੂੰ ਵੀ ਕੰਡੈਮ ਕਰਦਾ ਕਿ 1 MLA ਉਹਨਾਂ ਦਾ, ਲੀਡਰ ਆਫ ਆਪੋਜੀਸ਼ਨ ਵਾਸ ਆਲਸੋ ਦੇਅਰ ਇਫ ਆਈ ਐਮ ਨੋਟ ਮਿਸਟੇਕਨ, ਮੈਂ ਫੋਟੋ ਕਈਆਂ ਦੀ ਵੇਖੀ ਹੈ ਉਹਦੇ 'ਚ, ਇੱਕ ਨੇ ਵੀ MP ਨੂੰ ਗਲਤ ਨਹੀਂ ਠਹਿਰਾਇਆ ਔਰ ਇੱਕ ਨੇ ਵੀ ਇਹਨਾਂ ਦੇ ਹੱਕ 'ਚ ਆ ਕੇ ਨਹੀਂ ਖਲੋਤੇ। ਦੇਖੋ ਸਵਾਲ ਬੜਾ ਸਿੰਪਲ ਸੀ ਔਰ ਸਵਾਲ ਬੜਾ ਬੇਸਿਕ ਸੀ ਕਿ ਧਰਨੇ ਗਰਾਊਂਡ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਰਿਹਾ ਔਰ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਦਾ ਰੋਲ ਅਦਾ ਕਰ ਰਿਹਾ। ਇਹ ਗੱਲ ਤਾਂ ਆਮ ਚਰਚਾ ਦਾ ਵਿਸ਼ੇ ਬਣਿਆ ਪਿਆ ਕਿ ਆਮ ਆਦਮੀ ਪਾਰਟੀ ਛੋਟੀ ਕਾਂਗਰਸ ਬਣ ਗਈ ਹੈ। ਤੁਸੀਂ ਵਿਧਾਨ ਸਭਾ ਦੇ ਅੰਦਰ ਵੀ ਵੇਖ ਰਹੇ ਹੋ ਕਿ MLA ਨੇ ਅਸਤੀਫੇ ਦਿੱਤੇ ਹੈ, 2 MLA ਸੰਦੋਆ ਸਾਹਿਬ ਅਤੇ ਦੂਜੇ ਮਾਨਸਾਈਆ ਸਾਹਿਬ, ਉਹ ਆਪੋਜੀਸ਼ਨ ਦੀ ਬੈਂਚਸ 'ਚ ਬਹਿ ਕੇ ਕਹਿੰਦੇ ਕਿ ਅਸੀਂ ਬੈਠੇ ਤਾਂ ਇੱਥੇ ਹਾਂ ਮਗਰ ਆਇਆ ਸੀ ਕਾਂਗਰਸ ਹੀ। ਤੁਸੀਂ ਮਾੜੀ ਮਾਰਕਾ ਪੀ ਆਓ ਨਾ, ਫਿਰ ਕੰਮ ਨਹੀਂ ਠੀਕ ਹੈ। ਅੱਗੇ ਵਧਣ ਤੋਂ ਪਹਿਲਾਂ ਭਗਵੰਤ ਮਾਨ ਦੀ ਬਦਤਮੀਜ਼ੀ ਦੀ ਪੂਰੀ ਕਹਾਣੀ ਸੁਣੋ। ਪ੍ਰੈਸ ਕਾਨਫਰੰਸ ਦੌਰਾਨ ਬੈਠੇ ਪੱਤਰਕਾਰ ਦੀ ਜ਼ੁਬਾਨੀ ਜਿਸ ਨਾਲ ਭਗਵੰਤ ਮਾਨ ਭਿੜੇ ਸਨ। ਸਵਾਲ ਮੈਂ ਪੁੱਛਿਆ, ਮੈਂ ਕਿਹਾ ਕਿ ਮੁੱਖ ਵਿਰੋਧੀ ਧਿਰ ਦੇ ਵਿੱਚ ਆਮ ਆਦਮੀ ਪਾਰਟੀ ਹੈਗੀ ਹੈ ਪਰ ਲੱਗਦਾ ਹੈਗਾ ਕਿ ਸਾਰੀ ਭੂਮਿਕਾ ਅਕਾਲੀ ਦਲ ਨਿਭਾ ਰਿਹਾ ਹੈਗਾ, ਤਾਂ ਇਸ ਸਵਾਲ ਤੋਂ ਅਜਿਹਾ ਭੜਕੇ ਕਿ ਉਹਨਾਂ ਦੇ ਵੱਲੋਂ ਮੇਰੇ ਹੱਥ ਦੇ ਉੱਤੇ ਹੱਥ ਮਾਰਿਆ ਗਿਆ ਅਤੇ ਕਿਹਾ ਕੋਈ ਹੋਰ ਸਵਾਲ ਪੁੱਛੇ, ਅਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਇਹ ਕੀ ਮਤਲਬ ਹੋਇਆ ਤੁਸੀਂ ਪੱਤਰਕਾਰ ਦੇ ਹੱਥ ਦੇ ਉੱਤੇ ਕਿਉਂ ਹੱਥ ਮਾਰ ਰਹੇ ਹੋ, ਫਿਰ ਜਿਵੇਂ ਇੱਕ ਸਕੂਲ ਕਾਲਜ ਦੇ ਮੁੰਡੇ ਹੁੰਦੇ ਨੇ ਲੜਾਈ ਕਰਦੇ ਹੁੰਦੇ, ਹਾਂ ਦੱਸ ਤੈਨੂੰ ਕੀ ਚਾਹੀਦਾ ਕੀ, ਹਾਂ ਐਵੇਂ ਖੜੇ ਹੋ ਗਏ ਉਹ ਮੇਰੇ ਉੱਤੇ ਹਮਲਾ ਕਰਨ ਵਾਲੇ ਪਾਸੇ ਨੂੰ ਆਏ, ਅਤੇ ਬਾਕੀ ਜਦੋਂ ਹੋਰ ਮੇਰੇ ਫੈਲੋ ਕੁਲੀਗਸ ਹੋਰ ਜਰਨਲਿਸਟ ਸੀਗੇ ਸਭ ਨੇ ਕਿਹਾ ਕਿ ਇਹ ਕੋਈ ਤਰੀਕਾ ਨਹੀਂ ਹੈਗਾ ਮਾਨ ਸਾਹਿਬ ਤੁਹਾਡੇ ਵੱਲੋਂ ਕਿ ਤੁਸੀਂ ਇੱਕ ਜਰਨਲਿਸਟ ਦੇ ਨਾਲ ਇਹੋ ਜਿਹਾ ਬਿਹੇਵੀਅਰ ਕਰੋ, ਇਹੋ ਜਿਹਾ ਬਿਹੇਵ ਕਰੋ, ਤਾਂ ਉਦੋਂ ਉਹ ਖਿੱਚਦੇ ਹੋਏ ਕਹਿਣ ਲੱਗੇ ਕਿ ਤੁਹਾਨੂੰ ਬੁਲਾਇਆ ਕਿੰਨੇ, ਤੁਹਾਨੂੰ ਤਾਂ ਮੈਂ ਬੁਲਾਇਆ ਨਹੀਂ ਸੀਗਾ, ਚਲੇ ਜਾਓ ਬਾਹਰ। ਤਾਂ ਇਹ ਚੀਜ਼ ਜਿਹੜੀ ਵਰਬਲ ਸਪੈਟ ਆਪਾਂ ਕਹਿ ਸਕਦੇ ਹਾਂ ਉਹ ਇੱਥੇ ਭਗਵੰਤ ਮਾਨ ਦੇ ਨਾਲ ਹੋਇਆ, ਅਤੇ ਇਕੱਲੇ ਭਗਵੰਤ ਮਾਨ ਨਹੀਂ ਬਲਕਿ ਜਿਹੜੇ ਉਹਨਾਂ ਦੇ ਹੋਰ ਵਰਕਰਸ ਆਏ ਹੋਏ ਸੀਗੇ ਉਹਨਾਂ ਦੇ ਵੱਲੋਂ ਵੀ ਮੀਡੀਆ ਦੇ ਖਿਲਾਫ਼ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ। ਬੇਸ਼ੱਕ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਵੱਲੋਂ ਭਗਵੰਤ ਮਾਨ ਦੇ ਵਤੀਰੇ ਦੀ ਆਲੋਚਨਾ ਨਹੀਂ ਕੀਤੀ ਗਈ, ਪਰ ਪੱਤਰਕਾਰ ਭਾਈਚਾਰੇ ਸਮੇਤ ਸਿਆਸੀ ਵਿਰੋਧੀਆਂ ਵੱਲੋਂ ਭਗਵੰਤ ਮਾਨ ਦੀ ਪੂਰੀ
ਪੂਰੀ ਖੁੰਭ ਠੱਪੀ ਗਈ ਹੈ। ਚੰਡੀਗੜ੍ਹ ਤੋਂ ਹਰਦੀਪ ਵਿਰਕ ਤੇ ਜਤਿੰਦਰ ਸਿੰਘ ਦੇ ਨਾਲ ਬਠਿੰਡਾ ਤੋਂ ਪਵਨ ਬਾਂਸਲ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ। ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ 35ਵੇਂ ਨੌਰਥ ਜ਼ੋਨ ਇੰਟਰ ਯੂਨੀਵਰਸਿਟੀ ਫੈਸਟੀਵਲ ਵਿੱਚ ਸ਼ਿਰਕਤ ਕੀਤੀ। ਸੁਖਜਿੰਦਰ ਸਿੰਘ ਰੰਧਾਵਾ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਸ ਯੂਥ ਫੈਸਟੀਵਲ ਦੀ ਵਧਾਈ ਦਿੱਤੀ। ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਉਲਝਣ ਵਾਲੇ ਭਗਵੰਤ ਮਾਨ ਤੇ ਵੀ ਤਾਂਝ ਕੱਸੇ ਕਿ ਮਾਨ ਨੂੰ ਅਜਿਹਾ ਵਿਹਾਰ ਸ਼ੋਭਦਾ ਨਹੀਂ। ਫਿਰੋਜ਼ਪੁਰ ਕੇਂਦਰੀ ਜੇਲ੍ਹ ਆਏ ਦਿਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਹੁਣ ਜੇਲ੍ਹੋਂ 5 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ, ਜਿਸ ਨਾਲ ਜੇਲ੍ਹ ਪ੍ਰਸ਼ਾਸਨ ਤੇ ਸਵਾਲ ਉੱਠ ਰਹੇ ਨੇ। ਫਿਰੋਜ਼ਪੁਰ ਕੇਂਦਰੀ ਜੇਲ੍ਹ ਆਏ ਦਿਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ, ਜਿੱਥੇ ਰੋਜ਼ਾਨਾ ਹੀ ਕੋਈ ਨਾ ਕੋਈ ਵਾਕਾ ਵਾਪਰ ਹੀ ਜਾਂਦਾ ਹੈ। ਜੀ ਹਾਂ, ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚੋਂ ਇੱਕ ਦਿਨ ਪਹਿਲਾਂ ਹੀ ਬਰਾਮਦ ਹੋਏ 4 ਮੋਬਾਈਲਾਂ ਦਾ ਮਾਮਲਾ ਅਜੇ ਠੰਡਾ ਨਹੀਂ ਸੀ ਹੋਇਆ ਕਿ ਅੱਜ ਫਿਰ ਜੇਲ੍ਹ ਅਧਿਕਾਰੀਆਂ ਨੂੰ ਜੇਲ੍ਹ ਵਿੱਚੋਂ 5 ਮੋਬਾਈਲ ਬਰਾਮਦ ਹੋਏ ਨੇ। ਜਿੱਥੇ ਹਰ ਵਸਤੂ ਸਕੈਨ ਹੋ ਕੇ ਜਾਂਦੀ ਹੈ, ਉੱਥੇ ਮੋਬਾਈਲ ਪਹੁੰਚਣ ਪਿੱਛੇ ਕਿਧਰੇ ਨਾ ਕਿਧਰੇ ਜੇਲ੍ਹ ਪ੍ਰਸ਼ਾਸਨ ਦਾ ਹੱਥ ਹੋਣ ਦੀ ਬੂ ਵੀ ਆ ਰਹੀ ਹੈ। ਇਹਦੇ ਵਿੱਚ ਸਾਨੂੰ ਜੇਲ੍ਹ ਵੱਲੋਂ ਇੱਕ ਪੱਤਰ ਆਇਆ ਸੀਗਾ ਕਿ ਆਹ ਥਰੋ ਹੋਈ ਆ ਜੇਲ੍ਹ ਦੇ ਵਿੱਚ, 5 ਮੋਬਾਈਲ ਸੁੱਟੇ ਗਏ ਆ, ਜਿਹਦੇ ਸੰਬੰਧੀ ਅਸੀਂ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ। ਜੇਲ੍ਹ ਦੇ ਨਾਲ ਜੋ ਕਿ CCTV ਲੱਗੀ ਉਹ ਚੈੱਕ ਕਰਕੇ ਜੋ ਵੀ ਸਾਹਮਣੇ ਆਊਗਾ ਕਾਰਵਾਈ ਕੀਤੀ। ਇਹਨਾਂ 'ਚ ਹੋ ਸਕਦਾ ਕੋਈ ਵਿੱਚ ਮਿਲੀ ਭੁਗਤ ਹੋ ਸਕਦੀ ਹੈ ਕੋਈ, ਬਟ ਉਹ ਕਲੀਅਰ ਨਹੀਂ ਹਾਲੇ, ਜਿਵੇਂ ਸਾਹਮਣੇ ਆਊਗਾ ਫਿਰ ਉਹਦੇ ਖਿਲਾਫ਼ ਵੀ ਕਾਰਵਾਈ ਕੀਤੀ। ਜੇਲ੍ਹ ਅਧਿਕਾਰੀਆਂ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ, ਪਰ ਜੇਲ੍ਹ ਵਿੱਚੋਂ ਮੋਬਾਈਲ ਫੋਨ ਮਿਲਣਾ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਤੇ ਸਵਾਲਿਆ ਚਿੰਨ੍ਹ ਲੱਗ ਰਿਹਾ ਹੈ। ਫਿਰੋਜ਼ਪੁਰ ਤੋਂ ਪੱਤਰਕਾਰ RL ਧਵਨ ਤੇ ਬੱਬੂ ਧਵਨ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ। ਅੱਗੇ ਵਧਦੇ ਹਾਂ। ਉੱਤਰੀ ਭਾਰਤ ਵਿੱਚ ਸੀਤ ਲਹਿਰ ਦਾ ਕਹਿਰ ਜਾਰੀ ਹੈ। 2 ਦਿਨਾਂ ਤੋਂ ਚੱਲ ਰਹੀ ਸੀਤ ਲਹਿਰ ਨੇ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਦੇ ਲੋਕਾਂ ਨੂੰ ਚੰਮ ਕੇ ਰੱਖ ਦਿੱਤਾ ਹੈ। ਸਥਿਤੀ ਇੰਨੀ ਖਰਾਬ ਹੋ ਗਈ ਹੈ ਕਿ ਠੰਡ ਦੇ ਕਾਰਨ ਪੰਜਾਬ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਲੁਧਿਆਣਾ ਦੇ 4 ਅਤੇ ਤਰਨ ਤਾਰਨ ਦਾ 1 ਵਿਅਕਤੀ ਸ਼ਾਮਿਲ ਹੈ। ਜਾਣਕਾਰੀ ਮੁਤਾਬਿਕ ਲੁਧਿਆਣਾ ਦੇ ਡਾਬਾ ਰੋਡ ਜੈਨ ਦੇ ਠੇਕੇ ਦੇ ਨਜ਼ਦੀਕ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ, ਜਿਸ ਦੀ ਮੌਤ ਠੰਡ ਲੱਗਣ ਨਾਲ ਹੋਈ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਸ਼ਿਮਲਾਪੁਰੀ ਨਿਵਾਸੀ ਅਵਤਾਰ ਸਿੰਘ, ਉਮਰ 42 ਸਾਲ ਵਜੋਂ ਹੋਈ ਹੈ। ਇਸੇ ਤਰ੍ਹਾਂ ਸਾਹਨੇਵਾਲ ਰੋਡ ਤੇ ਇੱਕ ਟਰਾਲਾ ਚਾਲਕ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਅਚਾਨਕ ਠੰਡ ਲੱਗਣ ਨਾਲ ਦਿਲ ਦਾ ਦੌਰਾ ਪਿਆ ਅਤੇ ਉਸਦੀ ਮੌਤ ਹੋ ਗਈ। ਕ੍ਰਿਸਮਸ ਡੇ ਪੂਰੀ ਦੁਨੀਆਂ ਵਿੱਚ ਧੂਮਧਾਮ ਨਾਲ ਮਨਾਏ ਜਾਣ ਵਾਲੇ ਤਿਉਹਾਰਾਂ 'ਚੋਂ ਇੱਕ ਹੈ। ਇਹ ਈਸਾਈ ਧਰਮ ਦਾ ਮਹੱਤਵਪੂਰਨ ਤਿਉਹਾਰ ਹੈ। ਇਸ ਦਿਨ ਭਗਵਾਨ ਯਿਸੂ ਮਸੀਹ ਦਾ ਜਨਮ ਹੋਇਆ ਸੀ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ 'ਚੋਂ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਯਿਸੂ ਮਸੀਹ ਦਾ ਮਨੁੱਖਤਾਵਾਦੀ ਸੰਦੇਸ਼ ਅੱਜ ਵੀ ਸਾਰਥਕ ਹੈ। ਤਖ਼ਤ ਸ੍ਰੀ ਹਰਿਮੰਦਰ 'ਚ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 353ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਸਮਾਗਮ ਕਰਵਾਏ ਜਾ ਰਹੇ ਨੇ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਅੱਜ ਟੈਂਟ ਸਿਟੀ ਦਾ ਉਦਘਾਟਨ ਕੀਤਾ। ਇਸ ਮੌਕੇ ਉਹ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਗੁਰਦੁਆਰਾ ਬਾਲ ਲੀਲਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਹਨਾਂ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਨੂੰ ਲੰਗਰਾਂ ਦੀ ਸੇਵਾ ਸੌਂਪੀ ਗਈ। ਇਸ ਮੌਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ, ਜਨਰਲ ਸਕੱਤਰ ਮਹਿੰਦਰਪਾਲ ਸਿੰਘ ਢਿੱਲੋਂ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਅਤੇ ਹੋਰ ਅਹੁਦੇਦਾਰ ਮੌਜੂਦ ਰਹੇ। ਉਹਨਾਂ ਕਿਹਾ ਕਿ ਸੰਗਤ ਦੀ ਆਮਦ ਨੂੰ ਵੇਖਦਿਆਂ ਵੱਡੇ ਪ੍ਰਬੰਧ ਕੀਤੇ ਜਾ ਰਹੇ ਨੇ। ਸਮੁੱਚੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਪਟਨਾ ਸਾਹਿਬ ਦੀ ਸਾਰੀ ਸੰਗਤ, ਦੇਸ਼ ਦੁਨੀਆ ਤੋਂ ਆਉਣ ਵਾਲੀ ਸੰਗਤਾਂ, ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਰਾਜਗੀਰ ਵਿਖੇ ਮਨਾਇਆ ਜਾਣਾ ਅਤੇ 353 ਸਾਲਾ ਪ੍ਰਕਾਸ਼ ਪੁਰਬ ਜੋ ਹੈ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜਨਮ ਅਸਥਾਨ, ਪ੍ਰਕਾਸ਼ ਪੁਰਬ ਅਸਥਾਨ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ, ਉੱਥੇ ਮਨਾਇਆ ਜਾਣਾ ਵਾ। ਸਾਰੀ ਹੀ ਸੰਗਤ, ਅੱਜ ਦੇਸ਼ ਵਿਦੇਸ਼ ਦੀ ਸਾਰੀ ਸੰਗਤ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਕਮੇਟੀ ਹੱਥ ਬੰਨ੍ਹ ਕੇ ਬੇਨਤੀ ਕਰਦੀ ਹੈ ਕਿ ਆਪ ਆ ਕੇ ਇੱਥੇ ਨਤਮਸਤਕ ਹੋ, ਦਰਸ਼ਨ ਕਰੋ, ਰਾਜਗੀਰ ਅਤੇ ਪਟਨਾ ਸਾਹਿਬ ਦੋਨੋਂ ਸਥਾਨਾਂ ਦੇ ਦਰਸ਼ਨ ਕਰੋ। ਅਤੇ ਨਾਲ ਹੀ ਅਸੀਂ ਅੱਜ ਸਾਰੀ ਹੀ ਕਮੇਟੀ ਦੇ ਮੈਂਬਰ, ਸਾਰੀ ਸੰਗਤ, ਸਤਿਕਾਰਯੋਗ ਸਾਰੇ ਸਾਡੇ ਵੀਰ ਸਾਰੇ, ਅਸੀਂ ਆਉਣ ਵਾਲੀ ਸਾਰੀ ਸੰਗਤ ਦਾ ਜੀ ਆਇਆਂ ਨੂੰ ਕਰਨ ਵਾਸਤੇ ਖੜ੍ਹੇ ਹਾਂ। ਨਾਲ ਹੀ ਸਾਡੀ ਬਿਹਾਰ ਸਰਕਾਰ ਅਤੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ ਜੀ, ਜੋ ਅੱਜ ਖੁਦ
जो संगतां वास्ते टेंट सिटी बनाई गई है, अज टेंट सिटी दा उद्घाटन कीता उन्होंने आके। 2 दिसंबर दी शाम नूं स्काई माल विच जिम बाहर मनप्रीत मन्ना नाम दे व्यक्ति दा अणपछाते लोकां ने गोलियां मार के कतल करता सी। इस दी जिम्मेवारी सोशल मीडिया ते जानकारी शेयर कर लारेंस बिश्नोई ने ली सी। इस कतल मामले विच मलोट पुलिस ने पेशगी वारंट ते लारेंस बिश्नोई नूं राजस्थान दे भरतपुर तों देर रात इत्थे लिआंदा। पुलिस वालों मुलजम नूं अदालत विच पेश कीता गया, जिथे पुलिस ने अदालत तों 10 दिन दे रिमांड दी मांग कीती सी, पर कोर्ट ने सिर्फ 4 दिन दा ही रिमांड दिता। हुण पुलिस उस तों इस कतल मामले विच पुछगिछ करेगी। मलोट पुलिस लारेंस बिश्नोई नूं अदालत लैके पुजी सी, जिथे पेशी तों पहला ही पूरे अदालती कंपलैक्स पुलिस छावनी विच तब्दील हो गया। अदालत ने भी महज 5 मिनटां विच सुनवाई करके लारेंस बिश्नोई नूं 4 दिन दे पुलिस रिमांड ते भेज दिता। थाना सदर विच देर रात तों बंद रखे हुए लारेंस बिश्नोई नूं पूरी सुरक्षा प्रबंधा दे विच लिआंदा गया सी। इस दौरान मीडिया नूं भी थाने तों दूर रख्या गया। खालसा अकाल पुरख की फौज सेवा सोसायटी पटियाला वालों साहिब श्री गुरु गोबिंद सिंह जी के छोटे साहिबजादियां की शहादत नूं समर्पित चेतना मार्च कढ़िया गया। इस चेतना मार्च विच गुरु साहिबान दीआं सिक्ख्यावां वालीआं तख्तियां फड़ के बाजारां विच पैदल रैली कढ़ी गई। उन्हां कहा कि सिखां नूं छोटे साहिबजादियां की शहादत तों सिक्ख्या लै के सिक्खी विच परपक होना चाहिए। फिलहाल खबरां दे इस बुलेटिन च इन्ना ही। देश च उन्हां दी बाकी खबरां की जानकारी लई तुसीं बने रहो साडे नाल चंडीगढ़ टाइम टीवी ते। धन्नवाद।